ਉਧਰ ਖਬਰ ਤਲਵੰਡੀ ਸਾਬੋਤ ਹੋਇਆ ਜਿੱਥੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਕੰਨ ਦੇ ਉੱਪਰ ਖਾਲਸਾ ਜਿੰਦਾਬਾਦ ਦੇ ਨਾਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਹਰਕਤ ਦੇ ਵਿੱਚ ਆਈ ਪੁਲਿਸ ਨੇ ਸ਼ਹਿਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਜੀ ਹਾਂ ਗਰਲਜ਼ ਕਾਲਜ ਦੀ ਕੰਨ ਤੇ ਅਤੇ ਕਾਲਜ ਦੇ ਬੋਰਡ ਤੇ ਖਾਲਸਾ ਨਾਰੇ ਲਿਖੇ ਗਏ ਨੇ ਗਰਲ ਕਾਲਜ ਦੀ ਕੰਨ ਤੇ ਇਹ ਨਾਰੇ ਲਿਖਣ ਤੋਂ ਬਾਅਦ ਜਿਹੜਾ ਆ ਉੱਥੇ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਤਾਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਜਿਹੜੀ ਆ ਉੱਥੇ ਸੁਰੱਖਿਆ ਹੋਰ ਜ਼ਿਆਦਾ ਵਧਾ ਦਿੱਤੀ ਗਈ ਹੈ